ਅਲੈਕੁਮ ਵਿਵਰਸ, ਕੀ ਹਾਲ ਹੈ ਤੁਹਾਡਾ? ਉਮੀਦ ਹੈ ਤੁਸੀਂ ਬਿਲਕੁਲ ਠੀਕ ਠਾਕ ਖੈਰ ਖਰੀਅਤ ਨਾਲ ਹੋਵੋਗੇ। ਅੱਜ ਆਪਾਂ ਬਣਾਵਾਂਗੇ ਬਾਜ਼ਾਰੀ ਖੀਰ। ਬਾਜ਼ਾਰੀ ਯਾਨੀ ਕਿ ਡੱਬੇ ਵਾਲੀ ਖੀਰ, ਇਹ ਵਾਲੀ। 1.5 ਕਿਲੋ ਆਪਣਾ ਦੁੱਧ ਸੀ, ਨੀਚੇ ਆਪਾਂ ਅੱਗ ਜਲਾ ਦਿੰਦੇ ਹਾਂ। ਸਰਦੀ ਸ਼ੁਰੂ ਹੋਏ, ਮੈਂ ਕਿਹਾ ਕਿਉਂ ਨਾ ਮੈਂ ਪਹਿਲੀ ਸਰਦੀ ਵਿੱਚ ਹੀ ਨਾ ਆਪਾਂ ਲਜ਼ੀਜ਼ਾ ਖੀਰ, ਬਹੁਤ ਹੀ ਮਜ਼ੇਦਾਰ। ਕਿੰਨੇ ਦਿਨਾਂ ਦਾ ਦਿਲ ਕਰ ਰਿਹਾ ਸੀ, ਮੈਂ ਕਿਹਾ ਚੱਲ ਹੁਣ ਬਣਾਉਣ 'ਤੇ ਲੱਗੀ ਹਾਂ, ਚੱਲ ਮੈਂ ਛੋਟੀ ਜਿਹੀ ਵੀਡੀਓ ਵੀ ਬਣਾ ਲਵਾਂ। ਸਰਦੀਆਂ ਆ ਰਹੀਆਂ ਨੇ। ਇੱਕ ਹੋਰ ਦੂਸਰਾ ਖੀਰ ਹੈ ਜਿਹੜੀ ਚਾਵਲਾਂ ਵਾਲੀ ਹੈ, ਉਹ ਮੇਰੇ ਚੈਨਲ 'ਤੇ ਮੌਜੂਦ ਵੀ ਹੈ। ਤੁਸੀਂ ਕਹੋਗੇ ਤਾਂ ਮੈਂ ਦੁਬਾਰਾ ਤੁਹਾਨੂੰ ਉਹਦੀ ਰੈਸਪੀ ਦੇ ਦਿਆਂਗੀ। ਬਹੁਤ ਹੀ ਮਜ਼ੇਦਾਰ ਉਹ ਵੀ ਖੀਰ ਬਣੀ ਹੋਈ ਹੈ। ਵੈਸੇ ਸਰਦੀਆਂ 'ਚ ਹੁਣ ਮਿੱਠਾ ਚੱਲਦਾ ਹੀ ਰਹਿਣਾ ਕਰਨਾ ਵਾ, ਕਦੀ ਗਜਰੇਲਾ ਬਣ ਗਿਆ ਅਤੇ ਕਦੀ ਖੀਰ ਬਣਾ ਰਹੀ ਹਾਂ। ਪਹਿਲੇ ਆਪਾਂ ਦੁੱਧ ਉਬਾਲ ਲੈਂਦੇ ਹਾਂ, ਉਸ ਤੋਂ ਬਾਅਦ ਆਪਾਂ ਖੀਰ ਬਣਾ ਲੈਂਦੇ। ਚਲੋ ਜੀ, ਦੁੱਧ ਆਪਣਾ ਉਬਾਲੇ 'ਚ ਆ ਗਿਆ ਵੇ। ਹੁਣ ਆਪਾਂ ਇਹ ਵਾਲੀ ਮਿਕਸ ਖੀਰ ਇਹ ਪਾ ਦਿਆਂਗੇ, ਇਸ ਤਰ੍ਹਾਂ ਚਮਚ ਹਿਲਾਉਂਦੇ ਹਿਲਾਉਂਦੇ। ਇਹਦੇ ਵਿੱਚ ਵੈਸੇ ਤਾਂ ਹਰ ਇੱਕ ਚੀਜ਼ ਹੈ, ਗਰੀ, ਬਦਾਮ, ਪਿਸਤਾ, ਸਬਜ਼, ਇਲਾਚੀ, ਯਾਨੀ ਕਿ ਇਹ ਹੈ ਹੀ ਹਰ ਚੀਜ਼ ਵਿੱਚ ਪਾਈ। ਲੇਕਿਨ ਫਿਰ ਵੀਡੀਓ ਸ਼ੂਟ ਕਰਨ ਵਾਸਤੇ ਨਾ ਮੈਂ ਥੋੜ੍ਹੀ ਜਿਹੀ ਗਾਰਨਿਸ਼ ਕਰਾਂਗੀ, ਅਤੇ ਤੁਸੀਂ ਵੇਖ ਸਕਦੇ ਹੋ ਕਿ ਵਿੱਚ ਸਾਰਾ ਕੁਛ ਹੀ ਹੈ ਵੇ। ਸਿਰਫ 10-15 ਮਿੰਟਾਂ 'ਚ ਖੀਰ ਬਣ ਜਾਣੀ ਹੈ, ਮਾਸ਼ਾਅੱਲਾ। ਫਿਰ ਵੀ ਨਾ ਚੀਨੀ ਮੈਂ ਟੇਸਟ ਕਰ ਲਵਾਂਗੀ, ਅਗਰ ਸਹੀ ਹੋਈ ਤਾਂ ਫਿਰ ਮੈਂ ਨਹੀਂ ਪਾਵਾਂਗੀ, ਅਗਰ ਕੰਮ ਹੋਈ ਤਾਂ ਫਿਰ ਮੈਂ ਚੀਨੀ ਜ਼ਰੂਰ ਪਾਵਾਂਗੀ। ਮੈਂ ਰੱਖੀ ਹੋਈ ਹੈ ਚੀਨੀ, ਪਹਿਲੇ ਆਪਾਂ ਟੇਸਟ ਕਰ ਲੈਂਦੇ ਹਾਂ। ਚੀਨੀ ਕੰਮ ਹੈ, ਚੀਨੀ ਪਾਉਣੀ ਪੈਣੀ ਹੈ ਆਪਾਂ ਨੂੰ। 1 ਕੱਪ ਚੀਨੀ ਹੈ, ਛੋਟਾ ਵਾਲਾ ਹੈ। ਅਗਰ ਕੋਈ ਮਹਿਮਾਨ ਵੀ ਆਵੇ, ਜਲਦੀ ਵਿੱਚ ਬਣਾਉਣੀ ਹੋਵੇ ਤਾਂ ਇਸ ਤਰ੍ਹਾਂ ਹੀ ਪੈਕਟ ਮੰਗਵਾ ਕੇ। ਵੈਸੇ ਤਾਂ ਦੂਸਰੀ ਚਾਵਲਾਂ ਲਈ ਵੀ ਬਹੁਤ ਈਜ਼ੀ ਬਣ ਜਾਂਦੀ ਹੈ, ਉਹ ਵੀ ਮੈਂ ਤੁਹਾਨੂੰ ਰੈਸਪੀ ਦਿਆਂਗੀ। ਉਹਦਾ ਵੀ ਮੇਰਾ ਬਹੁਤ ਹੀ ਦਿਲ ਕਰ ਰਿਹਾ ਵੇ ਕਿ ਮੈਂ ਉਹ ਵਾਲੀ ਰੈਸਪੀ ਤੁਹਾਨੂੰ ਜ਼ਰੂਰ ਦੇਣੀ ਹੈ ਇਨਸ਼ਾਅੱਲਾ, ਅਤੇ ਅਗਲੇ ਹਫ਼ਤੇ ਤੱਕ ਆ ਜਾਏਗੀ ਉਹ ਵੀ ਰੈਸਪੀ, ਕਿਉਂਕਿ ਹੁਣ ਤਾਂ ਮੈਂ ਬਣਾ ਲਈ। ਅੱਜ ਸੰਡੇ ਸੀ, ਬੱਚੇ ਘਰ ਸਨ, ਮੈਂ ਕਿਹਾ ਚਲੋ ਬੱਚਿਆਂ ਨੂੰ ਬਣਾ ਕੇ ਦਿੰਦੇ ਹਾਂ। ਅਗਲੇ ਸੰਡੇ ਨੂੰ ਜ਼ਰੂਰ ਉਹ ਵਾਲੀ ਬਣਾਵਾਂਗੀ। ਚਮਚ ਜਿਹੜਾ ਉਹ ਆਪਾਂ ਥੋੜ੍ਹੀ ਥੋੜ੍ਹੀ ਦੇਰ ਬਾਅਦ ਨਾ ਹਿਲਾਉਂਦਿਆ ਰਹਿਣਾ ਵੇ, ਤਾਂ ਕਿ ਨਾ ਨੀਚੇ ਨਾ ਲੱਗ ਜਾਏ। ਅੱਜ ਸੰਡੇ ਵੇ ਅਤੇ ਮੈਂ ਇੱਕ ਹੋਰ ਡਿਸ਼ ਵੀ ਬਣਾਉਣ ਲੱਗੀ ਹਾਂ। ਮੈਂ ਕਿਹਾ ਚੱਲ ਮੈਂ ਅੱਜ ਮੇਰੇ ਬੱਚੇ ਘਰ ਹੀ ਨੇ ਸਾਰੇ ਹੀ, ਅਤੇ ਮੈਂ ਕਿਹਾ ਉਹਨਾਂ ਨੂੰ ਨਾ ਅੱਜ ਹਜੇ ਉਹ ਸੁੱਤੇ ਹੋਏ ਨੇ, ਮੈਂ ਕਿਹਾ ਸਰਪ੍ਰਾਈਜ਼ ਦਿੰਦੀ ਆਪਣੇ ਬੱਚਿਆਂ ਨੂੰ। ਅਤੇ ਇੱਧਰ ਖੀਰ ਬਣ ਰਹੀ ਹੈ, ਉੱਧਰ ਵੀ ਮੈਂ ਤੁਹਾਨੂੰ ਦਿਖਾਉਂਦੀ ਹਾਂ ਕਿ ਮੈਂ ਕੀ ਬਣਾ ਰਹੀ ਹਾਂ। ਇਹ ਮੈਂ 3-4 ਆਲੂ ਉਬਾਲੇ ਸੀ, 3-4 ਬੂਟੀਆਂ ਸਨ ਚਿਕਨ, ਉਹ ਉਬਾਲੀਆਂ ਸਨ। ਇਹ ਮੈਂ ਬਣਾਉਣੀਆਂ ਨੇ ਬੱਚਿਆਂ ਵਾਸਤੇ, ਯਾਨੀ ਕਿ ਟਿੱਕੀਆਂ ਟਾਈਪ ਵੀ ਬਣਾਵਾਂਗੇ। ਧਨੀਆ ਸਨ, ਹਰੀਆਂ ਮਿਰਚਾਂ ਨੇ। ਹੁਣ ਆਪਾਂ ਬਾਕੀ ਦੇ ਮਸਾਲੇ ਵੀ ਪਾ ਦਿੰਦੇ ਹਾਂ। ਬਾਕੀ ਦੇ ਮਸਾਲਿਆਂ 'ਚ 1/2 ਚਮਚ ਨਮਕ ਪਾਵਾਂਗੇ, 1/2 ਚਮਚ ਦੜਾ ਮਿਰਚ, 1/2 ਚਮਚ ਸੁਰਖ ਮਿਰਚ, 1/2 ਚਮਚ ਹਲਦੀ, ਗਰਮ ਮਸਾਲਾ ਪੀਸਿਆ ਆ, ਖੁਸ਼ਕ ਧਨੀਆ 1/2 ਚਮਚ, ਚਲੋ ਜੀ ਇਸ ਤਰ੍ਹਾਂ ਆਪਾਂ ਮਿਕਸ ਕਰ ਲਵਾਂਗੇ। ਉੱਧਰ ਆਪਣੀ ਖੀਰ ਵੀ ਤਿਆਰ ਹੋ ਗਈ ਹੈ, ਇਹ ਮੈਂ ਮਿਕਸ ਕਰ ਲਵਾਂ, ਫਿਰ ਤੁਹਾਨੂੰ ਮੈਂ ਉੱਧਰ ਲੈ ਕੇ ਜਾਂਦੀ ਹਾਂ ਖੀਰ ਲੈ। ਇਹ ਫਿਰ ਮੈਂ ਤੁਹਾਨੂੰ ਦੁਬਾਰਾ ਦੱਸਾਂਗੀ ਕਿ ਇਹ ਮੈਂ ਕਿਸ ਤਰ੍ਹਾਂ ਬਣਾਉਣੀਆਂ ਨੇ। ਅਗਰ ਤੁਹਾਨੂੰ ਪਸੰਦ ਆਏ ਤਾਂ ਲਾਈਕ ਅਤੇ ਸਬਸਕ੍ਰਾਈਬ ਜ਼ਰੂਰ ਕਰਿਓ, ਬੈਲ ਆਈਕਨ ਨੂੰ ਜ਼ਰੂਰ ਪ੍ਰੈਸ ਕਰਿਓ ਤਾਂ ਕਿ ਮੇਰੀ ਹਰ ਆਉਣ ਵਾਲੀ ਰੈਸਪੀ ਤੁਹਾਡੇ ਤੱਕ ਬਾਰ ਵਕਤ ਪਹੁੰਚੇ। ਆਪਣੇ ਦੋਸਤਾਂ ਦੀ ਫੈਮਿਲੀ 'ਚ ਸ਼ੇਅਰ ਜ਼ਰੂਰ ਕਰ ਦਿਆ ਕਰੋ, ਕਮੈਂਟ ਕਰਕੇ ਵੀ ਦੱਸ ਦਿਆ ਕਰੋ ਕਿ ਤੁਹਾਨੂੰ ਰੈਸਪੀ ਕਿੰਨੀ ਲੱਗੀ ਹੈ। ਚਲੋ ਜੀ ਐਪ ਮਿਕਸ ਕਰਕੇ ਇਸ ਤਰ੍ਹਾਂ ਸਾਈਡ 'ਤੇ ਕਰਕੇ ਰੱਖ ਦਿੰਦੇ ਹਾਂ। ਚਲੋ ਜੀ ਖੀਰ ਆਪਣੀ ਹੋ ਗਈ ਹੈ ਤਿਆਰ,
हम आप करने शॉर्ट क्योंकि ठंडी हो जानी है तो गाढ़ी फ्रो हो जानी है। मैं तुम चेक भी करवा दें कि ये एप्स दे सकते जो आप यानी कि ठंडी हो जानी है ना फ्रिज च रखनी है तो होर मजीद गाढ़ी हो जानी है। तो चलो हम आप डिश आउट करने चूल्हा बंद कर दें। चलो जी खीर अपनी तैयार हो गई। हुण आपां थोड़े जे बादाम इस तरह कट किए हुए सीगे काजू काजू माजू पिस्ता तुहानूं मेरा स्टैंड नज़र आ रहा होएगा। स्टैंड मेरा थोड़ा जिहा न्यू लिया वे इसलिए इन विच आ रहा वे। चलो खैर है कोई नहीं आप रेसिपी वेखनी है स्टैंड नू की करना आप वेख के चलो ये भी पता लग जाएगा कि मैं स्टैंड दे विच मोबाइल लगाया जाए। चलो जी देख सकते हो अगर तुम पसंद आए तो लाइक जरूर कर दियो। मिलने किसी होर रेसिपी के नाल उदों तक रब रखा।